ਮਾਸ਼ਾਅੱਲਾ ਜੀ, ਪਿਓਰ ਨੀਲੀ ਦੀਆਂ ਦੋ ਝੋਟੀਆਂ ਨੇ ਅਤੇ ਦੋਵੇਂ ਦੂਜਣਾ ਅਤੇ ਪੂਰੇ ਮੈਦਾਨ ਮਾਰੇ ਨੇ ਜੀ ਮਸ਼ਕਾਂ ਵਾਲੇ ਲਿਬਾਸ ਅਤੇ ਕੁਹਾੜੇ ਰੰਗੀ ਸਿੰਗਲ ਹੱਡੀ ਅਤੇ ਸੋਹਣੀਆਂ ਹੱਡੀਆਂ। ਅੱਲਾ ਪਾਕ ਨੇ ਜੀ ਸੋਹਣਾ ਜਾਨਵਰ ਬਣਾਇਆ ਅਤੇ ਥੱਲੇ ਵੀ ਕੱਟੀਆਂ ਨੇ ਦੋਵਾਂ ਦੇ। ਅਤੇ ਉਹ ਕਾੜਾ ਐਨੀਮਲ ਟੀ ਵੀ ਅਤੇ ਭਰਾਵਾਂ ਨੂੰ ਇਨਸ਼ਾਅੱਲਾ ਤਾਲਾ ਵਿਖਾਵਾਂਗੇ। ਅਤੇ ਫੁੱਲ ਸ਼ੌਕੀਨੇ ਨੇ ਜੀ ਮਾਸ਼ਾਅੱਲਾ, ਸਿਰ ਵੀ ਇੰਝ ਬਿਲਕੁਲ ਗੋਲ, ਛੱਲਿਆਂ ਨੰਗੇ ਸਿੰਘ ਅਤੇ ਸ਼ਾਹ ਕਾਲੀ ਮੁਸ਼ਕਣ, ਐਡੀ ਵੱਡੀ ਝੂਟੀ ਝੋਟੀ ਹੈ, ਨਾ ਕੋਈ ਧੁੰਨੀ ਨਾ ਕੋੜੀ, ਅਤੇ ਕਮਾਲਾ ਹੀ ਨੇ ਜੀ ਮਾਸ਼ਾਅੱਲਾ, ਪੂਰੀ ਹੁਸਨ ਦੀ ਬਾਦਸ਼ਾਹ ਝੋਟੀ ਹੈ। ਇਹ ਥੱਲੇ ਜਨਾਬ ਸ਼ਾਹ ਕਾਲੀ ਮੁਸ਼ਕਣ ਕੱਟੀ, ਇਨਸ਼ਾਅੱਲਾ ਤਾਲਾ ਤਸੱਲੀ ਭਰਾਵਾਂ ਨੂੰ ਕਰਾਉਂਦੇ ਹਾਂ। ਕਿਸੇ ਮੇਰੇ ਦੋਸਤ ਵੀਰ ਦੇ ਜਿਹੜਾ ਜਾਨਵਰ ਪਸੰਦ ਆਵੇ ਸਾਡੇ ਨਾਲ ਰਾਬਤਾ ਕਰਕੇ ਇਹਨਾਂ ਦੀ ਖਰੀਦਦਾਰੀ ਕਰ ਸਕਦੇ ਜੇ। ਉਹ ਕਾੜਾ ਐਨੀਮਲ ਟੀ ਵੀ ਤੁਹਾਡੇ ਲਈ ਇਨਸ਼ਾਅੱਲਾ ਤਾਲਾ ਨਾ ਇਹ ਜੇ ਅਨਮੋਲ ਹੀ ਰਹੀ ਤੁਹਾਨੂੰ ਵਿਖਾਉਂਦਾ। ਅਤੇ ਬਾਕੀ ਸਦਾ ਬਾਦਸ਼ਾਹੀ ਉਹ ਸੋਹਣੇ ਰੱਬ ਦੀ ਅਤੇ ਉਹਦਾ ਹੀ ਨਾਂ ਹੈ ਜੀ, ਇਹ ਸਾਡੇ ਲਹਿੰਦੇ ਪੰਜਾਬ ਦੇ ਹੀਰੇ ਨੇ। ਅਤੇ ਜਿਹੜਾ ਕੋਈ ਮੇਰਾ ਭਰਾ ਹੀਰਾ ਲੈਂਦਾ ਨਾ, ਇਹਨਾਂ ਦੇ ਵਿੱਚੋਂ ਫਿਰ ਕਈ ਹੀਰੇ ਨਿਕਲਦੇ ਨੇ। ਪਹਿਲੇ ਨੰਬਰ 'ਤੇ ਝੋਟੀ, ਮਾਸ਼ਾਅੱਲਾ ਦੋਵਾਂ ਪਾਸੇ ਬੱਗੇ ਚਟਾਕ ਨੇ ਅਤੇ ਫੱਬ ਦੀ ਝੋਟੀ। ਅੱਲਾਹ ਤਾਲਾ ਨੇ ਸੋਹਣਾ ਰਿਜ਼ਕ ਬਣਾਇਆ ਜੀ ਮਾਸ਼ਾਅੱਲਾ, ਪੂਰਾ ਫੁੱਟ ਚੌੜਾ ਲਿਬਾਸ ਹੈ ਅਤੇ ਧੁੰਨੀ ਤੋਂ ਲੈ ਕੇ ਸਾਰ ਤਿੱਕਰ। ਇਨਸ਼ਾਅੱਲਾ ਤਾਲਾ ਨਿਮਤਾਂ ਨੇ ਜੀ, ਰੁਪਈਏ ਲਾ ਕੇ ਵੀ ਚੰਗਾ ਜਾਨਵਰ ਲੱਭ ਜਾਵੇ ਤਾਂ ਅੱਲਾ ਪਾਕ ਦੀ ਬੜੀ ਵੱਡੀ ਨਿਮਤ ਹੈ। ਇਹ ਝੋਟੀ ਨੇ ਪੂਰੀਆਂ ਮੱਲਾਂ ਮਾਰੀਆਂ ਨੇ ਸ਼ਾਹ ਕਾਲੀ ਮੁਸ਼ਕਣ ਅਤੇ ਪੂਰੀ ਹੁਸਨ ਦੀ ਬਾਦਸ਼ਾਹ, ਪਿਓਰ ਨੀਲੀ ਬਾਰ ਦੀ ਸੋਹਣੀ ਹੈ ਜੀ ਮਾਸ਼ਾਅੱਲਾ ਹੈ। ਅਤੇ ਸਿਰ 'ਤੇ ਆ ਕੇ ਤਾਂ ਭਾਈ ਅਖੀਰ ਹੀ ਹੋ ਜਾਂਦੀ, ਬਿਲਕੁਲ ਐਂ ਛੱਲਿਆਂ ਰੰਗੇ ਕਾਠਾਂ 'ਚ ਸਿੰਘ ਅਤੇ ਚਿੱਟੀਆਂ ਸਫੈਦ ਅੱਖਾਂ ਨੇ, ਮੱਥੇ ਦੇ ਵਿੱਚ ਸਫੈਦ ਫੁੱਲੀ ਅਤੇ ਫੱਬਦੀ ਹੈ ਜੀ। ਇੱਕ ਇਹ ਵੀ ਗੱਲ ਹੈਗੀ ਕਿ ਕੱਦ ਬਹੁਤ ਵੱਡਾ ਹੈ, ਬਹੁਤ ਵੱਡੇ ਕੱਦ ਦੀ ਮਾਲਕ ਹੈ ਅਤੇ ਬਿਲਕੁਲ ਸੁਥਰੀ ਝੋਟੀ ਹੈ। ਥੱਲੇ ਕੱਟੀ ਜਾਂਦੇ ਵੀ ਜੀ, ਦੋਵਾਂ ਥੱਲੇ ਹੀ ਕੱਟੀਆਂ ਨੇ। ਅੱਲਾ ਮੇਰੇ ਦੇ ਹੁਕਮ ਨਾਲ ਰਿਕਾਰਡ ਕਰਨ ਵਾਲੀਆਂ ਨੇ। ਤਾਰੀਖ ਵੀ ਭਰਾਵਾਂ ਨੂੰ ਦੱਸਦੇ ਚੱਲੀਏ, ਅੱਜ 3 ਤਾਰੀਖ ਹੈ, 9ਵਾਂ ਮਹੀਨਾ 2023 ਐਤਵਾਰ ਦਾ ਦਿਨ ਹੈ। ਅਤੇ ਜਿਹੜੇ ਮੇਰੇ ਭਰਾ ਦੇ ਜਿਹੜਾ ਜਾਨਵਰ ਪਸੰਦ ਆਵੇ ਅਤੇ ਸਾਡੇ ਨਾਲ ਅਟੈਚ ਹੋ ਕੇ ਅਤੇ ਇਹਨਾਂ ਦੀ ਖਰੀਦਦਾਰੀ ਕਰ ਸਕਦੇ ਜੇ, ਟੋਰ ਫੇਰ ਕੇ ਵੀ ਤੁਹਾਨੂੰ ਵਿਖਾਉਂਦੇ ਹਾਂ ਅਤੇ ਮੁੱਲ ਵੀ ਇਹਨਾਂ ਦੇ ਦੱਸਾਂਗੇ ਜੀ ਮਾਸ਼ਾਅੱਲਾ। ਅਤੇ ਜਿਹੜੇ ਮੇਰੇ ਭਰਾ ਸ਼ੌਕੀਨ ਨੇ ਨਾ, ਇਹ ਜ਼ਰੂਰੀ ਨਹੀਂ ਹੁੰਦਾ ਵੀ ਹਰ ਬੰਦੇ ਨੇ ਜੀ ਜਾਨਵਰ ਖਰੀਦਣਾ ਹੁੰਦਾ, ਅਤੇ ਜਿਹੜੇ ਸ਼ੌਕੀਨ ਨੇ ਉਹਨਾਂ ਨੂੰ ਵੇਖ ਕੇ ਠੰਡ ਪੈ ਜਾਂਦੀ ਹੈ। ਅਤੇ ਸੋਹਣੀਆਂ ਮਾਸ਼ਾਅੱਲਾ ਵੰਡਾਂ ਨੇ ਝੋਟੀ ਦੀਆਂ ਜੀ ਮਾਸ਼ਾਅੱਲਾ। ਇਹ ਝੋਟੀ ਨੇ ਵੀ ਪੂਰਾ ਖਾਲਸ ਦੁੱਧ ਵਾਲਾ ਬਣਨਾ ਜੀ ਝੋਟੀ ਦੇ ਕੋਲ। ਬਾਕੀ ਜੀ ਇਹ ਭਰਿਆ ਮੇਲਾ ਅਤੇ ਇਨਸ਼ਾਅੱਲਾ ਤਾਲਾ ਜਿਹੜੇ ਸ਼ਿਕਾਰੀ ਨੇ ਨਾ, ਉਹ ਚੰਗੇ ਚੰਗੇ ਜਾਨਵਰ ਕੱਢਦੇ ਨੇ ਅਤੇ ਅੱਲਾ ਮੇਰੇ ਦੇ ਹੁਕਮ ਨਾਲ ਛੱਡੇ ਨਾ ਯਾਰ ਸ਼ਰਾਫਤ ਦੋਵੇਂ ਛੱਡ। ਮਾਸ਼ਾਅੱਲਾ ਪਿਓਰ ਨੀਲੀ ਬਾਰ ਦੀਆਂ ਨੇ ਅਤੇ ਮੇਰੇ ਭਰਾ ਸ਼ੌਕੀਨ ਹਜ਼ਰਾਤ ਆਉਂਦੇ ਨੇ ਮਾਸ਼ਾਅੱਲਾ, ਜਿਹੜੀ ਚੀਜ਼ ਚੰਗੀ ਦਿਲ ਨੂੰ ਲੱਗਦੀ ਹੁੰਦੀ ਦੋਵੇਂ ਇਕੱਠੀਆਂ ਛੱਡੇ ਆ, ਇਹਨੂੰ ਛੱਡਦੇ ਉਹਨੂੰ ਛੱਡਦੇ ਇਹਨੂੰ। ਚੱਲ ਚੱਲ ਰਾਣੋ ਝੋਟੀ ਜਨਾਬ ਮਾਸ਼ਾਅੱਲਾ ਸਿੰਗਲ ਹੱਡੀ ਅਤੇ ਸੋਹਣੇ ਮੈਦਾਨ ਮਾਰੇ ਨੇ ਝੋਟੀ ਨੇ ਜੀ, ਕਿਆ ਬਾਤ ਹੈ। ਪਿਛਾ ਮੁੜਦੀ ਨੀ ਪੀ, ਇੱਧਰ ਨੂੰ ਆ ਜਾ, ਚੱਲ ਚੱਲ ਚੱਲ। ਮਾਸ਼ਾਅੱਲਾ ਜੀ ਸੋਹਣੀਆਂ ਟੋਰਾਂ ਨੇ ਅਤੇ ਇੰਝ ਖਿਲਾਰ ਖਿਲਾਰ ਕੇ ਪੈਰ ਰੱਖਦੀ ਹੈ, ਸੋਹਣੇ ਥਣ ਹੋਰ ਨੀਲੀ ਬਾਰ ਦੀਆਂ ਜੀ ਦੋਵੇਂ। ਤੇਲ ਤਾਂ ਜਿਵੇਂ ਭਲਵਾਨ ਦੀ ਖੁਰਾਕ ਤੇਲ, ਇਵੇਂ ਮੱਝਾਂ ਦੀ ਖੁਰਾਕ ਵੀ ਤੇਲ ਹੈ, ਅਤੇ ਤੇਲ ਦੇ ਨਾਲ ਜਿਹੜਾ ਜਾਨਵਰ ਨੂੰ ਸਰੂਰ ਆਉਂਦਾ। ਹੁਣ
ਭਾਈ ਸ਼ਰਾਫਤ ਕੋਲੋਂ ਜਨਾਬ ਇਹਨਾਂ ਦਾ ਜਿਹੜਾ ਨਾ ਲੇਖਾ ਸ਼ੇਖਾ ਪੁੱਛਦੇ ਹਾਂ ਵੀ ਕੀ ਰੇਟ ਸ਼ੇਟ ਲੈਣਾ। ਹਾਂ ਵੀ ਸ਼ਰਾਫਤ ਦੋਵਾਂ ਝੋਟੀਆਂ ਦੋਵੇਂ ਦੂਜਣਾ ਨੇ ਸਾਧ ਆ ਜਾ। ਲਓ ਜੀ ਮਾਸ਼ਾਅੱਲਾ ਬਾਬਾ ਸ਼ੌਕਾ ਚੌਹਾਨ ਵੀ ਆ ਗਿਆ ਅਤੇ ਹੁਣ ਇਹਦੇ ਨਾਲ ਜਿਹੜੀਆਂ ਨੇ ਰੇਟ ਦੀਆਂ ਗੱਲਾਂ ਛੱਲਾਂ ਕਰਨੇ ਆ। ਹਾਂਜੀ ਹਾਂਜੀ ਅਸਲਾਮ ਵਾਲੇਕਮ ਜੀ, ਆਓ ਨਾਲ ਕੀ ਹਾਲ ਨੇ ਚਾਚਾ ਜੀ ਸੁਣਾਓ। ਬੰਦੇ ਤੁਹਾਨੂੰ ਬੜਾ ਲੱਭਦੇ ਨੇ ਵੀ ਬਾਬਾ ਸ਼ੌਕਾ ਲੱਭੇ ਪਰ ਲੱਭਦਾ ਨਹੀਂ ਹੈ ਜੀਂਦਾ। ਅਤੇ ਕੀ ਬਾਬਾ ਇਹਨਾਂ ਦਾ ਲੇਖਾ ਲੁਖਾ ਲੈਣਾ ਕੋਈ ਨਾ? ਅੱਛਾ ਦੋਵੇਂ ਮੱਝਾਂ। ਅੱਛਾ ਦੂਸਰੇ ਵਾਰ ਨੇ ਦੂਜਣਾ ਦੋਵਾਂ ਥੱਲੇ ਕੱਟੀਆਂ, ਦੋਵਾਂ ਥੱਲੇ ਕੱਟੀਆਂ। ਨਹੀਂ ਹੁਣ ਕੋਈ ਪੱਕੀਆਂ ਪੀਠੀਆਂ ਜੀਆਂ ਗੱਲਾਂ ਕਰ ਥੋੜਾ ਖੜਕ ਕੇ। ਹੈ ਕੀ ਪਿਆਰ ਮੁਹੱਬਤ ਹੈ? ਜਾਇਜ਼ ਮੁਨਾਸਬ ਦੋਵਾਂ ਦਾ ਇਕੱਠਾ ਹੀ ਮੁੱਲ ਹੈ 18 ਲੱਖ। ਇੱਕੋ ਆਵਾਜ਼ ਦੇ ਦੇ ਜਿੰਨੇ ਜੀ ਦੇ ਦੇਣੀਆਂ ਹੈ 16 ਦੀਆਂ। ਅਤੇ ਜੇ ਕੋਈ ਹੋਰ ਵੀ ਪਿਆਰ ਮੁਹੱਬਤ ਹੋਵੇਗਾ ਕਿ ਬਾਬਾ ਚੋਣ ਕੇ ਜਾ ਥਣਾ ਥੁਣਾ ਦਾ। ਅੱਛਾ ਜਾ ਰਾਜੀ ਆ ਤੇਰੇ ਤੇ ਮਾਸ਼ਾਅੱਲਾ ਸੋਹਣਾ ਰਿਜ਼ਕ ਹੈ ਜੀ, ਅੱਲਾ ਦੀ ਦਾਤ ਬਖਤ ਲਾਵੇ। ਤੇ ਲਓ ਚੱਡੇ ਜਿਹੜੇ ਨੇ ਧੁਨੀਆਂ ਤੋਂ ਲੈ ਕੇ ਸਾਰ ਤੀਕਰ ਨੁੱਚੜ ਜਾ। ਅੱਛਾ ਮਾਸ਼ਾਅੱਲਾ ਨਸਲ ਨੀਲੀ ਸੂਦ ਡੋਡੇ ਵੀ ਚੱਕੇ ਨੇ ਤੱਕ ਹੈ ਤੱਕ ਨਹੀਂ ਨਹੀਂ ਕੋਈ ਨਹੀਂ ਕਮੀ। ਸੋਹਣਾ ਰਿਜ਼ਕ ਹੈ ਜੀ ਮਾਸ਼ਾਅੱਲਾ ਸੋਹਣਾ। ਮਾਸ਼ਾਅੱਲਾ ਪੂਰੀ ਹੁਸਨ ਦੀ ਬਾਦਸ਼ਾਹ ਜੀ ਸੋਹਣਾ ਰਿਜ਼ਕ ਹੈ। ਇਹਦੇ ਥੱਲੇ ਵੀ ਕੱਟੀ ਇਹ ਜਿੰਨੇ ਦੋ ਲੈਣੀਆਂ ਨੇ ਸਮਝ ਲੈ 4 ਨੇ ਹੈ 6 ਨੇ ਇਨਸ਼ਾਅੱਲਾ ਤਾਲਾ 8 ਹੋ ਜਾਣ। ਦੁੱਧ ਕਿੰਨਾ ਕਿੰਨਾ ਦੋ ਥੱਲੇ ਅੱਛਾ। ਲਓ ਜੀ ਜੇ ਵੀਡੀਓ ਪਸੰਦ ਆਵੇ ਤਾਂ ਇਨਸ਼ਾਅੱਲਾ ਤਾਲਾ ਸਾਡੇ ਨਾਲ ਰਾਬਤਾ ਕਰਕੇ ਅਤੇ ਇਹਨਾਂ ਦੀ ਖਰੀਦਦਾਰੀ ਕਰਨੀ ਅਤੇ ਬਾਬਾ ਸ਼ੌਕਾ ਵੀ ਜਿੰਦਾਬਾਦ ਹੈ। ਉਹ ਵੀ ਝੋਟੀ ਪੈ ਲੈਣ ਦੂਜੇ ਨੇ ਦੂਜੇ ਨਹੀਂ ਮੈਂ ਵੇਖੀ ਹੈ ਸਾਰੀ ਟੋਰ ਫੇਰ ਕੇ। ਹਾਂ ਹਾਂਜੀ ਚੁਗਣ ਵਾਲੀ ਸ਼ੇਡ ਦੀ ਹੈ ਸੋਮਬ ਸੋਹਣਾ ਰਿਜ਼ਕ ਹੈ ਜੀ ਮਾਸ਼ਾਅੱਲਾ। ਨਹੀਂ ਨਹੀਂ ਸੁਥਰੀਆਂ ਨੇ ਮਾਸ਼ਾਅੱਲਾ ਸੋਹਣਾ ਰਿਜ਼ਕ ਹੈ ਬਾਬਾ।